देनी तेनू चंगी तरह कोल के बॉलीवुड वाली ये नी सुनी कान खोल। लोहड़ी ते कुछ भी हो जे प्रॉमिस एक आ गया भी पायलर है तो गी नचाउनी है भाई पैसे मैनू ना कहो एडवांस पे दो मैनेजर नाल गल कर लो कर ली अपा पायलर तो गी सूट सलवार पा के आई फिर कहेंगी असि तंबी तुम्बी जी तो नचन नहीं देंदे सदी जी गल सामने ठोक के जाना नहीं जेड़ा तेरे विच बोलदा देखो जी जेड़ा हुण इह किसान अंदोलन है इह ग्राउंड लैवल दे नाल नाल डिजिटली भी हो गया जिवें इहनूं कह दिंदे आ वी इह ट्रैक्टर टू ट्विटर हो गया हुण भाई ट्विटर चढ़ गया अपने पिंड वाले महातड़ां दे हत्थ परसों साडे पिंड वाला रेशम बाई ना अंबानी के प्रौहणे नूं टैग कर कर गालां कढ़ी जावे ट्वीटां करी जावे ओह मैं कहा भाई वी इहदा की दोष है वी इहदा की रोल है इह च ਮੈਨੂੰ ਕਹਿੰਦਾ ਨਹੀਂ ਪ੍ਰਧਾਨ ਤੈਨੂੰ ਨੀ ਪਤਾ ਕਹਿੰਦਾ ਕੁੜੀ ਦਾ ਸਹੁਰੇ ਵਾਲੇ ਪਾਸੋਂ ਦਬਾਅ ਪਾਓ ਫੇਰ ਮਗਰ ਹਟੂਗਾ ਕੁੜੀ ਮੈਂ ਬਹੁਤ ਇਹਨਾਂ ਦੀ ਰਾਊਗੇ ਅਰੇ ਉਹ ਮੋਦੀ ਜੀ ਜੋ ਪੰਜਾਬ ਕੇ ਕਿਸਾਨ ਖਾਲਿਸਤਾਨ ਨਾ ਮੰਗਣ ਲੱਗ ਰਹੇ ਬਲਕਿ ਇਸ ਦੇਸ਼ ਨੇ ਅੰਬਾਨੀਸਤਾਨ ਔਰ ਅਡਾਨੀਸਤਾਨ ਬਣਨ ਤੇ ਬਚਾਉਣ ਲੱਗ ਰਹੇ ਸਮਝ ਮੈਂ ਆ ਗਈ ਨੀ ਬਾਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ ਅਤੇ ਬਿਨਾਂ ਤੁਹਾਡਾ ਹੋਰ ਜ਼ਿਆਦਾ ਸਮਾਂ ਲਏ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ ਦੋਸਤੋ ਅੱਜ ਦੇ ਅਪਡੇਟਸ ਦੀ ਲੜੀ ਦੀ ਸ਼ੁਰੂਆਤ ਕਰਦੇ ਹਾਂ ਇੱਕ ਖਾਸ ਅਪਡੇਟ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਕਰ ਰਹੇ ਨੇ ਜਿੱਥੇ ਕਿ ਪੂਰੇ ਦੇਸ਼ ਤੋਂ ਕਿਸਾਨ ਆਏ ਨੇ ਆਪਣੇ ਹੱਕਾਂ ਦੇ ਲਈ ਉੱਥੇ ਹੀ ਪੰਜਾਬ ਦੇ ਕਿਸਾਨ ਇਹਨਾਂ ਸਾਰੇ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ ਅਤੇ ਦੋਸਤੋ ਪੰਜਾਬ ਦੇ ਤਕਰੀਬਨ ਹਰ ਇੱਕ ਗੁਰੂ ਘਰ ਦੇ ਵਿੱਚ ਕਿਸਾਨਾਂ ਦੀ ਜਿੱਤ ਦੇ ਲਈ ਹਰ ਸਮੇਂ ਅਰਦਾਸ ਹੋ ਰਹੀ ਹੈ ਅਤੇ ਇੱਥੇ ਲਿਮਿਟਡ ਗਿਆਨ ਦੀ ਪੂਰੀ ਟੀਮ ਵੱਲੋਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੀ ਅਰਦਾਸ ਦੇ ਵਿੱਚ ਉਹਨਾਂ ਕਿਸਾਨਾਂ ਦੀ ਜਿੱਤ ਦੇ ਲਈ ਜ਼ਰੂਰ ਅਰਦਾਸ ਕਰਿਆ ਕਰੋ ਜੋ ਕਿ ਇਸ ਠਰ ਦੀ ਠੰਡ ਦੇ ਵਿੱਚ ਵੀ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਨੇ ਦਿੱਲੀ ਦੇ ਬਾਰਡਰਾਂ 'ਤੇ ਉੱਥੇ ਦੋਸਤ ਹੁਣ ਦਰਬਾਰ ਸਾਹਿਬ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਅਜਿਹੀ ਅਰਦਾਸ ਪਹਿਲੀ ਵਾਰ ਸੁਣਨ ਨੂੰ ਮਿਲੀ ਜਿੱਥੇ ਕਿ ਕਿਸਾਨਾਂ ਦੀ ਜਿੱਤ ਦੇ ਲਈ ਅਰਦਾਸ ਕੀਤੀ ਗਈ ਅਤੇ ਦੋਸਤੋ ਇਤਿਹਾਸ ਦੇ ਵਿੱਚ ਇਹ ਅੰਦੋਲਨ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਅਤੇ ਉੱਥੇ ਹੀ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹ ਵੀਡੀਓ ਕਲਿੱਪ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਕਿਤੇ ਨਾ ਕਿਤੇ ਅੱਖਾਂ ਨਮ ਹੋ ਗਈਆਂ ਅਤੇ ਦੋਸਤੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਈ ਇਸ ਵੀਡੀਓ ਕਲਿੱਪ ਵੱਲ ਜਿਸ ਤੋਂ ਬਾਅਦ ਤੁਹਾਡੇ ਨਾਲ ਕੁਝ ਹੋਰ ਖਾਸ ਅਪਡੇਟ ਵੀ ਸ਼ੇਅਰ ਕਰਾਂਗੇ ਧੰਨ ਧੰਨ ਹਾਜ਼ਰ ਨਾਜ਼ਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਜੋ ਭਾਰਤ ਸਰਕਾਰ ਵੱਲੋਂ ਖੇਤੀ ਵਿਰੁੱਧ ਕਾਲੇ ਕਾਨੂੰਨ ਬਣਾਏ ਗਏ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਆਪਣੇ ਹੱਕਾਂ ਦੀ ਖਾਤਰ ਸਮੂਹ ਕਿਸਾਨ ਜਥੇਬੰਦੀਆਂ ਪਿਛਲੇ ਕੁਝ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਹਨ ਸਤਿਗੁਰੂ ਕਿਰਪਾ ਕਰਨੀ ਧੰਨ ਦੋਸਤੋ ਜਿੱਥੇ ਦਿੱਲੀ ਦੇ ਵਿੱਚ ਹੱਕਾਂ ਦੇ ਲਈ ਚੱਲ ਰਹੇ ਇਸ ਸੰਘਰਸ਼ ਦੇ ਵਿੱਚ ਹਰ ਇੱਕ ਦੇਸ਼ ਦਾ ਨਾਗਰਿਕ ਦਿਲ ਤੋਂ ਅਤੇ ਰੂਹ ਤੋਂ ਨਾਲ ਜੁੜ ਚੁੱਕਿਆ ਉੱਥੇ ਹੀ ਰਣਜੀਤ ਬਾਬਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਦੋਸਤੋ ਕੁਝ ਕੈਪਸ਼ਨ ਵੀ ਲਿਖੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਉਹਨਾਂ ਅਨਭਗਤਾਂ ਉਨ ਪੌਲਿਸ਼ਮਾਰਾਂ ਦੇ ਲਈ ਇੱਕ ਠੋਕਵਾਂ ਜਵਾਬ ਹੈ ਜੋ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਅੱਤਵਾਦੀ ਅਤੇ ਖਾਲਿਸਤਾਨੀਆਂ ਦਾ ਨਾਮ ਦੇ ਰਹੇ ਨੇ ਕਿਉਂਕਿ ਜਿੱਥੇ ਕਿ ਇਹ ਪੰਜਾਬ ਦੇ ਕਿਸਾਨਾਂ ਵੱਲੋਂ ਪਹਿਲ ਕੀਤੀ ਗਈ ਹੈ ਇਸ ਅੰਦੋਲਨ ਦੀ ਉੱਥੇ ਇਸ ਸਮੇਂ ਪੂਰੇ ਦੇਸ਼ ਦੇ ਕਿਸਾਨ ਇਸ ਅੰਦੋਲਨ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ ਅਤੇ ਦੋਸਤੋ ਜੋ ਵੀਡੀਓ ਰਣਜੀਤ ਬਾਬਾ ਵੱਲੋਂ ਸ਼ੇਅਰ ਕੀਤੀ ਗਈ ਹੈ ਉਹ ਕਿਤੇ ਨਾ ਕਿਤੇ ਹਰ ਇੱਕ ਨੂੰ ਮੋਟੀਵੇਟ ਕਰੇਗੀ ਆਓ ਤੁਸੀਂ ਵੀ ਝਲਕ ਮਾਰੋ ਰਣਜੀਤ ਬਾਬਾ ਵੱਲੋਂ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ 'ਤੇ ਪ੍ਰਧਾਨ ਜਗਿੰਦਰ ਸਿੰਘ ਚੱਕਰਵਾਲੇ ਜੋ ਕਿ 16-12-2020 ਨੂੰ ਦਿੱਲੀ ਲਈ ਰਵਾਨਾ ਹੁੰਦੇ ਹੋਏ ਭੱਜ ਕੇ 7 ਸਾਲਾਂ ਬਜ਼ੁਰਗ ਰਹੇ ਪ੍ਰਧਾਨ ਜਗਿੰਦਰ ਸਿੰਘ ਜੀ ਚੱਕਰ ਤੋਂ ਬਹੁਤ ਹੀ ਗਰਮ ਖਿਆਲੀ ਬੰਦੇ ਨੇ ਜੋ ਕਿ 16 ਤਰੀਕ ਤੋਂ 2020 ਨੂੰ 12ਵੇਂ ਮਹੀਨੇ ਦੀ ਦਿੱਲੀ ਲਈ ਰਵਾਨਾ ਹੁੰਦੇ ਪਹਿਲ ਮਾਰਚ ਕਰਨਾ ਇਹਨਾਂ ਨੇ 7 ਸਾਲਾਂ ਤੋਂ ਪ੍ਰੋਗਰਾਮ ਇਹਨਾਂ ਦੀ ਜਿਹੜੇ ਪ੍ਰਧਾਨ ਜਗਿੰਦਰ ਸਿੰਘ
दोस्तों जिथे समय दिल्ली दे विच चल रहे संघर्षां दी पंजाबियां दे नाल नाल पूरे देश तो जो भी किसान इकट्ठे होए ने उन्हां दी सपोर्ट पूरी दुनिया कर रही है, पर उत्थे ही कुछ अजिहे अन्ने भगत कुछ पॉलिशमार हाले भी ने जिन्हां नूं अखां खोल के सारा कुछ देखण दे बावजूद भी जिन्हां दी अकल ते पड़दा पिया होया है, जदकि किसानां द्वारा उत्पन्न कीती हुई खेती तो ही जो ओह अनाज खांदे ने उन्हां तो बिना एक दिन भी नहीं सार सकदे, पर किसानां दा ही इह विरोध कर रहे ने ते अजिहे विरोधी फिर ठोकवें जवाब भी नाल दी नाल मिल जाते हैं। तो तुसीं भी झलक मारो एक अजिहे विरोधी की वीडियो क्लिप ते ते अपने विचार अजिहे लोगों के लिए जरूर दसना कि तुहानू की लगता है अजिहे लोग विरोध क्यों कर रहे हैं, कि असल दे विच इह बेवकूफ ने जां फिर इन्हां दे विरोध करने के पिछे तुहानू कोई होर कारण लगता है। हाँ भाई, किसान आंदोलन डीएनए चेक कराने की जरूरत नहीं है, मानो या ना मानो मोदी हिंदुस्तान के एक एक नागरिक का बाप भी है और राजा भी है, और बाप कुछ बच्चों की नाजायज मांगे नहीं मानता। अब बात सुनो मेरा राजा, मार्केट च पेड़ सालिया तेरा मैं बजाऊंगा बाजा, जे मोदी तेरा बाप है इधर क्या करता है, उसको अपने घर में ही लेके जा, हमको अपना काम करने दे, ऐमें टकड़ी मतड़ा तेरा, टकड़ी काट के तेरे हाथ में दे के पकड़ा, फिर सोलिया मेरे अपनी मम्मी को भी लेगा भला, समझा, अपने काम ना काम रख, ऐमें लत्ता ना अड़ा, तेनू पता ही पंजाब दे किसानां च किन्नी गलबात है, धक पाई पिया पूरी दिल्ली च, साड़ा मोदी तो हुण तां बिल माफ करा के रहने, हुण तेरा मैं तेरी रेल बना मेरे, असी भी किसान आ। दोस्तों जिहे अन्न भगतां ते गोदी मीडिया बारे तुहाडे की विचार ने कमेंटां दे विच जरूर दसना, जिथे गोदी मीडिया इस समय किसानां दे संघर्ष नूं गलत रूप दे नाल दिखाउण दी कोशिश कर रहा है, उत्थे दोस्तों सच कदे लुकदा नहीं है ते पूरी दुनिया सच जाण चुकी है, ते इस समय गोदी मीडिया नूं अते अन्न भगतां दे नाल नाल केंद्र सरकार नूं लांतां पै रहीआं ने पूरी दुनिया चों। उत्थे दोस्तों गोदी मीडिया दे नाल नाल कुछ चंगे नैशनल चैनल भी ने जो कि किसानां दे हक दी गल करदे ने, हक सच की गल करते हैं। अजिही एक पत्रकार ने रविश कुमार जिन्हों की एक वीडियो काफ़ी ज़्यादा फैल रही है सोशल मीडिया से, तुम भी एक झलक मारो इस वीडियो से जिते कि उन्होंने एक तरीके रोस्ट किया गोदी मीडिया। पहला आत्मनिर्भर आंदोलन प्रतीक होता है, इसका भी जिक्र प्रधानमंत्री मन की बात में कर सकते हैं। यहाँ पर 6 सामूहिक वॉशिंग मशीन भी लगाई गई हैं। गोदी मीडिया और ट्विटर के ट्रोल बता सकते हैं कि देखो देखो किसान नहा रहा है, देखो देखो किसान कपड़े धो रहा है, जिस तरह से किसानों के अंग्रेजी बोलने और पिज्जा खाने पर आंदोलन को खारिज किया गया, मजाक उड़ाया गया, नहाते देख गोदी मीडिया के एंकर स्टूडियो में बेहोश ना हो जाए। दोस्तों जिथे गोदी मीडिया वाले अपने छिट्टे मार ते पॉलिश मार दी नीति ते चल रहे ने, उत्थे कुछ अजिहे लोग भी ने जो कि पंजाब दे करके अज बड़े अहुदियां ते बड़े रुतबियां ते बैठे ने ते पंजाब दे हक दे विच हा दा नारा तक नहीं मार रहे, पर जदों उन्हां ते उंगली उठदी है फिर वह बहुत जल्दी पोस्ट पाउण दे लई अग्गे आ जांदे ने। अजिहां दे विचों एक है सनी देओल, जिस दी कि एक खबर काफ़ी ज़्यादा वायरल हुई कि उन्हां नूं वाई प्लस सिक्योरिटी दिती गई है केंद्र सरकार द्वारा, पर हुण सनी देओल ने इस बारे अपना स्पष्टीकरण दिता है कि उन्होंने तो यह जो वाई प्लस सिक्योरिटी है वह 2020 के जुलाई महीने के ही मिल गई सी जो कि केंद्र सरकार ने लागू होने की है, तो नाल ही उन्हें यह भी लिखे है कि उन्होंने जो खबर सोशल मीडिया से फैल रही ने कृपा करके पहला वो सच्चाई जान के ही पत्रकार अजिहिया खबर लाने। दोस्तों तुहानू की लगता है सनी देओल के इस बयान बारे, तुसी की कहना चाहोगे जो उन्हें अपनी सिक्योरिटी बारे स्पष्टीकरण दिता है उस बारे तुहाडे की विचार ने, कि तुहानू लगता है कि सचमुच उन्होंने सिक्योरिटी पहला मिली सी, जां फिर जो किसान अंदोलन दे विच अते पूरे पंजाब दे विच सनी देओल दा विरोध हो रहा है उसके करके ही उसने वाई प्लस सिक्योरिटी की डिमांड की है। इस बारे तुहाडे की विचार ने अपने कमेंटा दे विच जरूर दस्यो। पर दोस्तों बेशक गोदी मीडिया तो कुछ अजिहे गदार इस समय पंजाब दे हक दे विच नहीं खड़े, पर फिर भी वाहगुरु की कृपा दे नाल जो किसान अंदोलन है पूरी चढ़ती कला दे विच चल रहा है। तो दोस्तों किसानी संघर्ष के नाल नाल डिजिटल तौर पर भी किसानी संघर्ष जो नौ
ਨੌਜਵਾਨ ਨੇ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚਲਾ ਰਹੇ ਨੇ ਅਤੇ ਹੁਣ ਦਿੱਲੀ ਦੇ ਸੰਘਰਸ਼ ਦੇ ਵਿੱਚ ਡੇਲੀ ਟਾਈਮਸ ਨਾਂ ਦੀ ਇੱਕ ਅਖਬਾਰ ਵੀ ਕੱਢੀ ਗਈ ਹੈ। ਜਿਹੜੇ ਦੋਸਤ ਇਸ ਅਖਬਾਰ ਨੂੰ ਆਪਣੇ ਘਰ ਬੈਠੇ ਪੜ੍ਹਨਾ ਚਾਹੁੰਦੇ ਨੇ ਉਹ ਸਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਇੱਕ QR ਕੋਡ ਨੂੰ ਸਕੈਨ ਕਰਕੇ ਇਸ ਅਖਬਾਰ ਨੂੰ ਡਾਊਨਲੋਡ ਕਰ ਸਕਦੇ ਨੇ। ਦੋਸਤੋ, ਜਿੱਥੇ ਆਪਾਂ ਹੁਣੇ ਗੱਲ ਕੀਤੀ ਗੋਦੀ ਮੀਡੀਆ ਦੀ ਜੋ ਕਿ ਕਿਸਾਨੀ ਸੰਘਰਸ਼ ਨੂੰ ਗਲਤ ਰੂਪ ਦੇ ਵਿੱਚ ਦਿਖਾਉਣ ਦੀ ਨਾਕਾਮਯਾਬ ਕੋਸ਼ਿਸ਼ ਕਰ ਰਿਹਾ, ਉੱਥੇ ਹੀ ਉਹਨਾਂ ਕਲਾਕਾਰਾਂ 'ਤੇ ਵੀ ਨਿਸ਼ਾਨੇ ਸਾਧ ਰਿਹਾ ਜੋ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੀ ਸਪੋਰਟ ਦੇ ਵਿੱਚ ਅੱਗੇ ਆਏ ਹਨ। ਅਜਿਹੀ ਇੱਕ ਗੋਦੀ ਮੀਡੀਆ ਬੰਬੇ ਟਾਈਮਸ ਨੇ ਦਿਲਜੀਤ ਦੋਸਾਂਝ ਅਤੇ ਪ੍ਰਿਯੰਕਾ ਚੋਪੜਾ ਨੂੰ ਟੈਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਭੜਕਾ ਕੇ ਇਹ ਦੋਵੇਂ ਲੁਕ ਗਏ ਨੇ ਅਤੇ ਹੁਣ ਇਹਨਾਂ ਗੋਦੀ ਮੀਡੀਆ ਵਾਲਿਆਂ ਨੂੰ ਇੱਕ ਠੋਕਵਾਂ ਜਵਾਬ ਦਿੱਤਾ ਦਿਲਜੀਤ ਦੋਸਾਂਝ ਨੇ, ਜਿਨ੍ਹਾਂ ਨੇ ਕਿ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਲੁਕਣ ਵਾਲੀ ਤਾਂ ਕਾਕੇ ਤੁਸੀਂ ਭੁਲੇਖੇ ਹੀ ਕੱਢ ਦਿਉ, ਨਾਲੇ ਕੌਣ ਦੇਸ਼ ਪ੍ਰੇਮੀ ਹੈ ਅਤੇ ਕੌਣ ਦੇਸ਼ ਭਗਤ ਹੈ, ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਦੱਸਣ ਦਾ, ਸਾਰੇ ਚੰਗੀ ਤਰ੍ਹਾਂ ਜਾਣਦੇ ਹੀ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੌਣ ਹੈ ਅਤੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਕੌਣ ਹੈ। ਫਾਰਮਰਸ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰ ਲਓ ਕੋਈ ਮਾੜੀ ਮੋਟੀ। ਅਤੇ ਦੋਸਤੋ, ਤੁਸੀਂ ਕੀ ਕਹੋਗੇ ਦਿਲਜੀਤ ਦੋਸਾਂਝ ਦੁਆਰਾ ਗੋਦੀ ਮੀਡੀਆ ਨੂੰ ਦਿੱਤੇ ਗਏ ਇਸ ਠੋਕਵੇਂ ਜਵਾਬ 'ਤੇ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਅਤੇ ਦੋਸਤੋ, ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਫਿਲਹਾਲ ਇੰਨਾ ਹੀ, ਮਿਲਾਂਗੇ ਆਪਾਂ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਿਟਡ ਗਿਆਨ ਦੇ ਨਾਲ ਅਤੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੀਆਂ ਤਾਜ਼ਾ ਖਬਰਾਂ ਅਤੇ ਕਿਸਾਨੀ ਮੋਰਚੇ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਤੋਂ ਇਲਾਵਾ ਹਰ ਸੋਸ਼ਲ ਨਿਊਜ਼ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਲਿਮਿਟਡ ਗਿਆਨ ਅਤੇ ਸਵੈਗ ਪੰਜਾਬ TV ਨੂੰ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ 'ਤੇ ਜ਼ਰੂਰ ਕਲਿੱਕ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤੋ, ਹੁਣ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ। ਕੰਗਣਾ ਪਾਇਲਤਾਂ ਲੱਭਦੀਆਂ ਨੀ, ਹੁਣ ਆਈ ਰਾਗਣੀ ਤਿਵਾੜੀ ਆ, ਆ ਸਿਵਿਆਂ ਚ ਤੇਰੇ ਗੋਡੇ ਲੱਗਦੇ ਕਿ ਉਹ ਛੇਤੀ ਜਾਣ ਦੀ ਤਿਆਰੀ ਆ, ਆ ਵਿਗੜਿਆ ਜੱਟ ਬੜਾ।